ਤਰਨ ਤਰਨ ਅੰਮ੍ਰਿਤਸਰ ਸ਼ਹਿਰੀ ਤੇ ਅੰਮ੍ਰਿਤਸਰ ਰੂਰਲ ਤਿੰਨ ਜ਼ਿਲ੍ਹਿਆਂ ਦੀ ਅੱਜ ਆਪਾਂ ਹੇਅਰਿੰਗ ਰੱਖੀ ਸੀ। ਸਾਡੇ ਵੱਲੋਂ 26 ਕੇਸ ਇੱਥੇ ਆਲਰੇਡੀ ਆਏ ਹੋਏ ਸਨ ਤੇ 136 ਕੇਸ ਆਲਰੇਡੀ ਇਹਨਾਂ ਤਿੰਨੋਂ ਜ਼ਿਲ੍ਹਿਆਂ ਕੋਲ ਪੁਰਾਣੇ ਪਏ ਹੋਏ ਸੀ ਜਿਹੜੀ ਇਹਨਾਂ ਨੂੰ ਲੈ ਕੇ ਕਿਹਾ ਸੀ ਕਿ ਦੋਨੋਂ ਪਾਰਟੀਜ਼ ਲੈ ਕੇ ਆਓ ਤੇ ਉਹਨਾਂ ਨੂੰ ਹੁਣ ਸੁਣ ਰਹੇ ਆ। ਇੱਕ ਹੋਰ ਆਪਾਂ ਪੁਲਿਸ ਡਿਪਾਰਟਮੈਂਟ ਤੇ ਐਡਮਿਨਿਸਟ੍ਰੇਸ਼ਨ ਨੂੰ ਆਪਾਂ ਇੱਕ ਟਾਈਮ ਬਾਉਂਡ ਕਰ ਰਹੇ ਆ ਕਿ ਸਾਡੇ ਕੋਲ ਹੁਣ ਕਮਿਸ਼ਨ ਤੋਂ ਜਿੰਨੀਆਂ ਵੀ ਲੇਟੈਸਟ ਪਿਛਲੇ 2 ਮਹੀਨੇ 'ਚ ਕੰਪਲੇਂਟਸ ਆ ਰਹੀਆਂ ਨੇ ਸਾਨੂੰ ਉਹਨਾਂ ਦਾ ਇੱਕ ਟਾਈਮ ਬਾਉਂਡ ਕਰ ਦਿੱਤਾ ਜਾਏਗਾ। 15 ਦਿਨ ਦੇ ਦਿੱਤੇ ਜਾਣਗੇ ਐਡਮਿਨਿਸਟ੍ਰੇਸ਼ਨ ਤੇ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਦੋਨਾਂ ਨੂੰ ਕਿ ਸਾਨੂੰ ਇਹਨਾਂ ਦਾ ਜਵਾਬ ਜੋ ਵੀ ਹੈ ਜਿਹੜੇ ਲੋਕ ਵਿਚਾਰੇ ਆਪਣੀ ਸੁਣਵਾਈ ਲਈ ਆਏ ਨੇ ਉਹਨਾਂ ਨੂੰ ਰਿਲੀਫ ਦੇਣ ਲਈ 15 ਦਿਨ ਨੇ ਸਾਨੂੰ ਇਹ ਉਹਨਾਂ ਕੇਸਿਸ ਦਾ ਰਿਵਰਟ ਜਲਦ ਤੋਂ ਜਲਦ ਕਰਨ ਤਾਂ ਕਿ ਸਾਨੂੰ ਪਤਾ ਚੱਲ ਸਕੇ ਇਹਨਾਂ ਦੀ ਜਵਾਬਦੇਹੀ ਕੀ ਹੈ ਹੋਰ ਕਿੱਥੇ ਲੋਕਾਂ ਦੀ ਸੈਟੀਸਫੈਕਸ਼ਨ ਕਿੱਥੇ ਸਟੈਂਡ ਕਰ ਰਹੀ ਹੈ। ਅਦਰਵਾਈਜ਼ ਕਮਿਸ਼ਨ ਜਿਹੜੇ ਕੇਸ ਹੈ ਸਾਨੂੰ ਨਹੀਂ ਇਹਨਾਂ ਤੋਂ ਸੋਰਟ ਆਊਟ ਹੋ ਪਾਏ। ਸਮ ਟਾਈਮ ਹੁੰਦਾ ਹੈ ਕਿ ਲੋਕ ਆਪਾਂ ਇਸ ਪ੍ਰੋਬਲਮ ਨੂੰ ਸਮਝਦੇ ਹਾਂ ਕਿ ਲੋਕ ਇਨਸਾਫ਼ ਤਾਂ ਇੱਕ ਹੀ ਪਾਰਟੀ ਨੂੰ ਮਿਲਣਾ ਹੈ ਨਾ, ਲੋਕ ਸੈਟਿਸਫਾਈ ਨਹੀਂ ਹੁੰਦੇ ਤਾਂ ਫਿਰ ਕਮਿਸ਼ਨ ਕੋਲ ਦੁਬਾਰਾ ਉਹ ਕੇਸ ਸਾਡੇ ਅਫਸਰ ਵਾਪਸ ਭੇਜ ਦਿੰਦੇ ਨੇ ਅਤੇ 15 ਦਿਨ ਦਾ ਹੁਣ ਟਾਈਮ ਬਾਉਂਡ ਕਰ ਦਿੱਤਾ ਜਾਏਗਾ ਕਿਉਂਕਿ ਬਹੁਤ ਸਾਰੀਆਂ ਕੰਪਲੇਂਟਸ ਕਮਿਸ਼ਨ ਤੋਂ ਵੀ ਭੇਜੀਆਂ ਗਈਆਂ ਨੇ ਤੇ ਇਹਨਾਂ ਕੋਲ ਹਾਲੇ ਬਹੁਤ ਸਾਰਾ ਪੂਰੇ ਪੰਜਾਬ ਵਿੱਚ ਹੀ ਜ਼ਿਲ੍ਹਿਆਂ 'ਚ ਬਹੁਤ ਸਾਰਾ ਹਾਲੇ ਸਾਡਾ ਹੈ। ਕਿਸ ਤਰ੍ਹਾਂ ਦੇ ਕੇਸਿਸ ਆ ਰਹੇ ਨੇ ਤੁਹਾਡੇ ਕੋਲ ਜੀ? ਕੇਸਿਸ ਹਰ ਤਰ੍ਹਾਂ ਦੇ ਹੀ ਕੇਸਿਸ ਨੇ, ਮੈਰੀਟਲ ਡਿਸਪਿਊਟ ਦੇ ਨੇ, ਝਗੜਿਆਂ ਦੇ ਨੇ, ਕੁਝ ਕੇਸਿਸ ਇੱਦਾਂ ਦੇ ਨੇ ਜਿਹੜੇ ਕੋਰਟ 'ਚ ਚੱਲ ਰਹੇ ਨੇ। ਕੋਰਟ ਕੇਸ ਨੂੰ ਮਾਨਯੋਗ ਕੋਰਟ ਨੂੰ ਕਮਿਸ਼ਨ ਨਹੀਂ ਦੇਖ ਸਕਦਾ। ਕੁਝ ਪੰਜਾਬ ਦੇ ਜਿਹੜੇ ਵਿਚਾਰੇ ਭੋਲੇ ਭਾਲੇ ਲੋਕ ਨੇ, ਥੱਕੇ ਹੋਏ ਨੇ, ਉਹ ਆ ਜਾਂਦੇ ਨੇ ਇੱਕ ਉਮੀਦ ਲੈ ਕੇ ਤੇ ਕੋਰਟ ਕੇਸ ਕਮਿਸ਼ਨ ਨਹੀਂ ਦੇਖ ਸਕਦਾ, ਉਹਨਾਂ ਨੂੰ ਦੱਸ ਦਿੱਤਾ ਜਾਂਦਾ। ਪਰ ਕੁਝ ਸਾਡੇ ਕੋਲ ਇੱਦਾਂ ਦੇ ਕੇਸ ਨੇ ਜਿਹੜੇ ਕੋਰਟ 'ਚ ਚੱਲ ਰਹੇ ਨੇ, ਪਰ ਉਹਨਾਂ ਦੀ ਸ਼ਿਕਾਇਤ ਹੈ ਕਿ ਸਾਨੂੰ ਪੁਲਿਸ ਤੰਗ ਕਰ ਰਹੀ ਹੈ। ਉਹ ਸਾਡਾ ਆਪਾਂ ਜਿਹੜਾ ਸਾਡਾ ਰਾਈਟ ਹੈ ਉਹ ਆਪਾਂ ਉਹਦੇ 'ਤੇ ਦੇਖਦੇ ਹਾਂ ਕਿ ਕੋਈ ਇੱਦਾਂ ਦੀ ਪ੍ਰੋਬਲਮ ਕਿਸੇ ਵੀ ਪਾਰਟੀ ਨੂੰ ਨਾ ਹੋਏ, ਕੋਈ ਪਰੇਸ਼ਾਨ ਨਾ ਕਰੇ, ਕਿਉਂਕਿ ਕੋਰਟ ਕੇਸ ਨੂੰ ਸਿਰਫ ਕੋਰਟ ਹੀ ਦੇਖ ਸਕਦਾ ਹੈ। ਦੇਖੋ ਬਰਡਨ ਤਾਂ ਹੈ ਹੀ ਹੈ ਨਾ, ਪੁਲਿਸ ਡਿਪਾਰਟਮੈਂਟ 'ਚ ਵੀ ਸਟਾਫ ਦੀ ਥੋੜ੍ਹੀ ਕਮੀ ਹੈ, ਬਰਡਨ ਤਾਂ ਹੈ ਹੀ ਹੈ। ਸਾਡੇ ਅੱਜ ਦੇ ਜਿਹੜੇ ਪੁਲਿਸ ਅਫਸਰ ਨੇ, ਬੜੇ ਉਮਦਾ ਪੁਲਿਸ ਅਫਸਰ ਨੇ, ਜਿਹੜੇ ਯੰਗ ਜਨਰੇਸ਼ਨ ਹੈ ਅੱਗੇ ਆ ਰਹੇ ਨੇ, ਇਹ ਲੋਕ ਸਿਸਟਮ ਨੂੰ ਵੀ ਸਮਝਦੇ ਨੇ ਔਰ ਇਹ ਲੋਕਾਂ ਨੂੰ ਕਮਿਸ਼ਨ ਦਾ ਵੀ ਪਤਾ ਕਿ ਕਮਿਸ਼ਨ ਦੀ ਪਾਵਰਸ ਨੇ ਔਰ ਲੋਕਾਂ ਦੀ ਕੀ ਨੀਡਸ ਨੇ। ਅਤੇ ਸਾਡੇ ਹੁਣ ਇਸ ਟਾਈਮ ਅੰਮ੍ਰਿਤਸਰ 'ਚ ਬੜੇ ਉਮਦਾ ਆਫਿਸਰ, ਪਹਿਲੇ ਵੀ ਸੁਖਚੈਨ ਜੀ ਵੀ ਬਹੁਤ ਅੱਛਾ ਕਰ ਰਹੇ ਸੀ, ਹੁਣ ਵਿਕਰਮ ਦੁੱਗਲ ਆਏ ਨੇ, ਇਜ਼ ਏ ਵੈਰੀ ਨਾਈਸ ਆਫਿਸਰ। ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਹੁਣ ਉਹ ਤੁਸੀਂ ਮੈਡਮ ਆਪ ਇੱਕ ਵਾਰੀ ਕਿਹਾ ਸੀਗਾ ਕਿਹਾ ਵੀ 500 ਕੇਸਿਸ ਸਾਡੇ ਕੋਲ ਰੋਜ਼ ਆ ਰਹੇ ਨੇ, ਕਮਿਸ਼ਨ ਕੋਲ ਤਾਂ 5 ਬੰਦੇ ਨੇ, 500 ਕੇਸਿਸ ਸੋਲਵ ਕਰਨਾ ਤਾਂ ਦੂਰ, ਉਹਨੀਆਂ ਐਪਲੀਕੇਸ਼ਨ ਨਹੀਂ ਬਣੀਆਂ ਜਾ ਰਹੀਆਂ, ਤੇ ਤੁਸੀਂ ਆਪਣੇ ਡਿਪਾਰਟਮੈਂਟ ਨੂੰ ਇਸ ਤਰ੍ਹਾਂ ਕੈਪੇਬਲ ਬਣਾਉਣ ਵਾਸਤੇ ਕੀ ਕਰ ਰਹੇ ਹੋ? ਕੋਈ ਗਵਰਨਮੈਂਟ ਕੋਲ ਕੋਈ ਡਿਮਾਂਡ ਕੀਤੀ ਤੁਸੀਂ? ਨਹੀਂ, ਗਵਰਨਮੈਂਟ ਕੋਲ ਤਾਂ ਆਪਾਂ ਬਜਟ ਦੀ ਡਿਮਾਂਡ ਕਰ ਹੀ ਰਹੇ ਹਾਂ, ਪਰ ਸਾਡੇ ਕੋਲ ਜੇ 500 ਕੰਪਲੇਂਟਸ ਰੋਜ਼ ਆ ਰਹੀਆਂ ਨੇ, ਮੋਸਟ ਆਫ ਦੀ ਕੰਪਲੇਂਟਸ ਲੋਕਾਂ ਦੀ ਇੱਕ ਪੇਸ਼ੈਂਸ ਨੂੰ ਲੈ ਕੇ ਵੀ ਹੈ। ਇੱਕ ਕੰਪਲੇਂਟ ਨੂੰ ਲੋਕ 10-10 ਵਾਰੀ ਸਾਨੂੰ ਮੇਲ ਕਰੀ ਜਾ ਰਹੇ ਨੇ, ਉਹ ਡਾਟਾ ਤਾਂ ਇਨਬੋਕਸ 'ਚ ਇਕੱਠਾ ਹੋਈ ਜਾ ਰਿਹਾ ਨਾ, ਮੇਲ ID ਵੀ ਹੈਕ ਹੋ ਗਈ ਸਾਡੀ, ਇੱਕ ਦੁਬਾਰਾ ਨਵੀਂ ਮੇਲ ID ਬਣਾਈ, ਅਤੇ ਲੋਕਾਂ ਦੀ ਸੈਟਿਸਫੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਬਾਕੀ ਜਿਹੜਾ ਬਰਡਨ ਹੈ ਕਮਿਸ਼ਨ 'ਤੇ ਹੈ ਹੀ ਹੈ, ਕਮਿਸ਼ਨ ਬਹੁਤ ਅੱਛਾ ਕੰਮ ਕਰ ਰਿਹਾ, ਸੈਟਰਡੇ ਸੰਡੇ ਵਾਲੇ ਦਿਨ ਵੀ ਸਾਡਾ ਸਟਾਫ ਕੰਮ ਕਰ ਰਿਹਾ ਅਤੇ ਮੈਨੇਜ ਕਰ ਰਹੇ ਹਾਂ, ਪਰ ਸਾਡਾ ਫਰਜ਼ ਜੋ ਬੰਦਾ ਕਰ ਰਿਹਾ ਔਰ ਪੁਲਿਸ ਡਿਪਾਰਟਮੈਂਟ ਉੱਤੇ ਵੀ ਇਸ ਟਾਈਮ ਬੜਾ ਪ੍ਰੈਸ਼ਰ ਹੈ, ਲੋਕਾਂ ਦੀਆਂ ਜਿਹੜੀਆਂ ਲੋਕਲ ਉਹਨਾਂ ਦੀਆਂ ਕੰਪਲੇਂਟਸ ਨੇ ਉਦੋਂ ਸਾਡੀ ਕਮਿਸ਼ਨ ਤੋਂ ਵੀ ਜਿਹੜੀਆਂ ਭੇਜ ਦਿੱਤੀਆਂ ਗਈਆਂ ਨੇ, ਅਤੇ ਮੈਨੂੰ ਪੂਰੀ ਉਮੀਦ ਹੈ ਮਿਲ ਜੁਲ ਕੇ ਇੱਕ ਦੂਜੇ ਦੇ ਸਿਰੇ ਆ ਆਪਾਂ, ਪੁਲਿਸ ਡਿਪਾਰਟਮੈਂਟ ਤੇ ਕਮਿਸ਼ਨ ਇੱਕ ਦੂਸਰੇ ਦੇ ਨਾਲ ਰਲ ਕੇ ਆਪਾਂ ਛੇਤੀ ਇਹਦੇ 'ਤੇ। ਲੋਕਾਂ ਦੀ ਐਕਸਪੈਕਟੇਸ਼ਨਸ ਕਿਉਂ ਜ਼ਿਆਦਾ, ਕਿਉਂ ਕਮਿਸ਼ਨ ਕੋ ਆਉਂਦੇ, ਤੁਹਾਨੂੰ ਕੀ ਲੱਗ ਰਿਹਾ ਕਿ ਨੀਚੇ ਜਸਟਿਸ ਨਹੀਂ ਮਿਲ ਪਾ ਰਿਹਾ ਲੋਕਾਂ ਨੂੰ? ਕਈ ਸਾਲ ਬਾਅਦ ਹੀ ਕਈਆਂ ਲੋਕਾਂ ਨਾਲ ਗੱਲ ਕੀਤੀ, ਕਈ ਸਾਲ ਹੋ ਗਏ ਨੇ ਜਿਹੜੇ ਭਟਕ ਰਹੇ ਨੇ। ਦੇਖੋ ਕਈ ਸਾਲ ਵਾਲੇ ਕੇਸ ਨੇ ਜਿਹੜੇ ਸਿਰਫ ਕੋਰਟ ਵਾਲੇ ਹੀ ਨੇ, ਜਦੋਂ ਲੋਕਾਂ ਨੂੰ ਇੱਕ ਨਈ ਹੋਪ ਨਜ਼ਰ ਆਉਂਦੀ ਹੈ, ਪਰ ਉਹਨਾਂ ਨੂੰ ਪਤਾ ਨਹੀਂ, ਸ਼ਾਇਦ ਕਮਿਸ਼ਨ ਕੋਰਟ ਕੇਸਿਸ ਨੂੰ ਨਹੀਂ ਦੇਖ ਸਕਦਾ, ਕੋਰਟ ਕੇਸਿਸ ਕੋਰਟ ਹੀ ਦੇਖਦਾ। ਜਿਹੜੇ ਇਹ ਕਈ ਸਾਲ ਵਾਲੇ ਨੇ ਕੇਸ, ਇਹ ਸਿਰਫ ਕੋਰਟ ਕੇਸਿਸ ਹੀ ਨੇ, ਸਾਡੇ ਕੋਲ ਵੀ ਇਸ ਤਰ੍ਹਾਂ ਦੇ ਬਹੁਤ ਰੋਜ਼ ਕੇਸ ਆਉਂਦੇ ਨੇ। ਔਰ ਦੇਖੋ ਜਦੋਂ 2 ਪਾਰਟੀਆਂ ਕੰਪਲੇਂਟਸ ਲੈ ਕੇ ਆਉਂਦੀਆਂ ਨੇ ਤਾਂ ਜਸਟਿਸ ਤਾਂ ਇੱਕ ਨੂੰ ਹੀ ਮਿਲਣਾ ਹੈ ਨਾ, ਅਤੇ ਇੱਕ ਦਾ ਜਿਹੜਾ ਵਰਜ਼ਨ ਹੈ ਕਿ ਸਾਡੇ ਨਾਲ ਜਸਟਿਸ ਨਹੀਂ ਹੋਇਆ, ਅਤੇ ਇਹ ਬੜਾ ਇੱਕ ਨੈਚੁਰਲ ਪ੍ਰੋਸੈਸ ਹੈ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਪਰ ਸਮ ਟਾਈਮ ਕਿ ਹੁਣ ਇੱਕ ਸਾਡੇ ਕੋਲ ਕੇਸ ਆਇਆ ਸੀ ਤਰਨ ਤਰਨ ਤੋਂ, ਸਾਡੀ ਆਫਿਸਰ ਨੇ ਫੈਸਲਾ ਕਰਾਤਾ, ਪਿੰਡ 'ਚ ਸਰਪੰਚ 'ਚ ਬੈਠ ਕੇ ਫੈਸਲਾ ਹੋ ਗਿਆ, 5 ਲੱਖ ਰੁਪਇਆ ਵੀ ਲੈ ਲਿਆ, ਫੈਸਲੇ 'ਤੇ ਸਾਈਨ ਵੀ ਕਰਤੇ, ਹੁਣ ਫਿਰ ਕਹਤੇ ਜੀ ਮੈਡਮ ਮਨੀਸ਼ਾ ਗੁਲਾਟੀ ਕੋਲ ਜਾਣਾ ਕਿ ਫੈਸਲਾ ਕੈਂਸਲ ਕਰਨਾ, ਇਸ ਤਰ੍ਹਾਂ ਨਹੀਂ ਹੁੰਦਾ। ਥੋੜ੍ਹੀ ਜਿਹੀ ਪੇਸ਼ੈਂਸ ਵੀ ਰੱਖਣੀ ਪਏਗੀ, ਹੁਣ ਜਿਹੜਾ ਇੱਕ ਮਾਹੌਲ ਬਣ ਚੁੱਕਾ ਹੈ
और जिंदे च लॉ च इक्वालिटी आनी बहुत जरूरी है कि समानता का अधिकार कानून च औरत और आदमी नू बराबरी का मिलना चाहिए कितने ना कितने परफेक्शन किसी चीज च भी नहीं होती। इस तरह नहीं है, डिपेंड करता है पर्सनैलिटी टू पर्सनैलिटी। ओवरऑल तो यह है ही एक बनया होया जड़ा कि औरत दी जदों थाने या कोर्टा च या कितने भी ज़्यादा सुनवाई होंगी है, पर मैं सिर्फ इतने अपनी गल करांगी कि एज ए कमीशन दी चेयरपर्सन मेरे वास्ते औरत होए आदमी होए जो ठीक है वो ठीक है, जो गलत है वह गलत है। तुहाड़े वल्लों कितनी कोशिश की जाती है कितनी देर च केस सॉल्व हो जाए कोई भी? एज ए पत्रकार तुसी की देखते हो मेरी कोशिश नु तुसी की कहंदे हो? मैं तो पूछ रहा हूं। नहीं तुसी की कह, तुसी मैनु करने टाइम तो ऑब्जर्व कर ही रहे हो, तुहाडे सवाल दा जवाब ते तुहाडे कोल ही होएगा, मेरी कोशिश नु तुसी कित्थे देखदे हो? तुसी टाइम बाउंड करदे हो जिवें तुसी अज कहया भी मैं 15 दिन दा टाइम बाउंड करदा पुलिस ऑफिसर नु नहीं करदा, इह अज कीता तुसी? नहीं मैं बड़े टाइम तो ही, मेरी अमृतसर ही सब तो ज्यादा हेयरिंग हुंदी है क्योंकि अमृतसर दे नाल जड़े बाकी जिले जुड़े हुए ने, मेरा सब तो ज्यादा पूरे पंजाब विच प्रेशर ही क्योंकि मेरा होम टाउन भी है, होम टाउन ना होए मेरा हुण इस टाइम होम टाउन पूरा पंजाब ही बन चुका है। मेरा यूथ मेरे सीनियर सिटीजन फेस कर रहे ने किते ना किते लोगों की जड़े चुन के भी नुमाइंदे आते हैं उन्हों की भी रिस्पोंसिबिलिटीज़ बनती है। हुण आपां अगे आने वाले समय च पिंड टू पिंड साडी जिले टू जिले अदालतां लगनगियां, जवाबदेही मंगी जाएगी पुलिस डिपार्टमेंट ते एडमिनिस्ट्रेशन तो कि जड़े केसिस कमीशन ने भेजे ने हुण तक उन्हां दा की निकल के आया नतीजा, किन्ने केस तुसी सॉल्व करते, किन्ने पेंडिंग पए हुए ने। तो मैं हुण साडा हर जिले शुरू होने वाला है साडा काम, उम्मीद है। देखो प्रेशर बहुत है कि जल्द ही जल्द आप लोगों को थोड़ी जी सिर्फ एक तुहाडी मीडिया राही अपील ही है थोड़ा जा पेशेंस रखन, देर जरूर हो रही है पर जे मनीषा गुलाटी कोल कमीशन विच कोई कंप्लेंट आई है किसी दे भी खिलाफ होए, तुहाडे अपने फैमिली डिस्प्यूट ऑन एडमिनिस्ट्रेशन दे खिलाफ होए, तुहानू जस्टिस मिल के रहेगा पर थोड़ा जा सबर रखना पड़ेगा। देखो किधरों देखो मैं अपनी गल करांगी, मैं सिर्फ अपनी तुसी कमीशन दी मेरे नाल कमीशन दी गल करो, एसएसपी साहब दी गल एसएसपी नाल ऑफिस जाके करो, मेरे नाल इत्थे कमीशन दी गल करो। मैनू जे जवाबदेही चाहिए होगी तो मैं डायरेक्ट एसएसपी नू करांगी, वो मेरे मैनू बाउंड ने जवाब देने वास्ते, तुसी मेरे नाल इत्थे अपनी गल करो, एसएसपी दी गल एसएसपी नाल जाके करो। घरेलू झगड़े बहुत ज्यादा है, ₹80% घरेलू झगड़े होंगे, उन्हां पिछे रीजन की है? बेटा बैलेंस नहीं, साढ़े अजकल दे बच्चे नू बैलेंस करना चाहिए, हसबैंड वाइफ एक दूजे दे पूरक बनन, उन्हां नू अपनी जिम्मेदारी नू समझना पएगा, रिश्तियां दा सम्मान करना आना चाहिए, किते ना किते फैमिली इंटरफेरेंस है जड़ी वो रिश्तिया च जड़ी है हो रही ने प्रॉब्लम्स उन्हां दा रीजन बन रही है, तो इन्दे ते बहुत सारे वक्रे वक्रे रीजन ने, पर एक ही शादी प्रायोरिटी नहीं होना चाहिए, अपनी बच्चियां नू लड़का होए लड़की होए पढ़ाओ लिखाओ अपने पैरों पर खड़ा करो इंडिपेंडेंट बनाओ, और शादी का मतलब समझना चाहिए और जीवन भी शादी से ही आके खत्म नहीं होता, बच्चों को यह समझना पड़ेगा, पेरेंट्स को भी समझना पड़ेगा, या तो माँ प्यो बच्चों के ब्याह ना करन, ब्याह करन ते उन्होंने जीवन जीन देन, उन्होंने एक फ्रीडम होनी चाहिए है। अच्छा मैडम एनआरआई केसेस नु लेके मैडम तुसी पिछे भी जस्टिन ट्रूडो नु लेटर लिखी जी, क्या एनआरआई केसेस नु लेके कुछ स्पेशल कुछ और किया जा रहा है? सर काफी सारे लोग सताए हैं, जदों याद होएगा तुहानू तुसी पहुंचे सीगे ओदे घर विक्टिम दे ते काफी ज्यादा लोग, हां उथे जो कार्रवाई होनी चाहिए सी नो नहीं हो पाई, 306 मेरे हिसाब नाल लगनी चाहिए सी, 420 दा पर्चा दर्ज होया इमीडिएटली होनी चाहिए सी, पर मैनू उम्मीद है हो जाएगी कार्रवाई उन्दे ते, ऐ जड़े एदा दे बहुत सारे केस साढ़े कोल भी आ चुके ने, पर पार्टिकुलर जड़े ए वाले केस ने ना एनआरआई सैल देखदा है पंजाब दा, मेरी एडीजीपी मिस्टर राय नाल मीटिंग भी हुई सी, साढ़े कोल भी जिन्ने केस एदा दे आ रहे सी आपां रेफर करते उधर एनआरआई सैल देखदा है, उम्मीद है पर थोड़ा जा समझना पएगा साढ़े पिंडां दे लोकां नू कि जड़ी कॉन्ट्रैक्ट मैरिज ने इस पासे ना जान, समझना पएगा अपने बच्चों नू मैच्योर होन देन, इन्दे ते बहुत सारी गल्लां ने, कॉन्ट्रैक्ट मैरिज दे बेस अपने खराब हो रहे हैं, खराब हो रहे ने, खराब हो रहे ने। मैडम तरन तरन
ਤੁਸੀਂ ਲੋਕਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ? ਚਲੋ ਪੁਲਿਸ ਵੀ ਬਣੀ ਹੈ, ਥਾਣੇ ਵੀ ਹੈ, ਕਚਹਿਰੀਆਂ ਵੀ ਹੈ, ਪਰ ਲੋਕਾਂ ਨੂੰ ਤੁਸੀਂ ਕੀ ਸੇਧ ਦੇਣਾ ਚਾਹੁੰਦੇ ਹੋ? ਅੱਜ ਕੱਲ੍ਹ ਦੇ ਜੋ ਮਾਨਸਿਕ ਤਣਾਅ ਹੈਗਾ ਲੋਕਾਂ ਦੇ ਵਿੱਚ, ਘਰ ਵਾਲੇ 'ਚ ਜਾਂ ਘਰ ਵਾਲੀ 'ਚ ਜਾਂ ਦੋਵਾਂ ਜੀਆਂ 'ਚ ਜਾਂ ਸੱਸ ਸਹੁਰੇ 'ਚ, ਕੀ ਇੱਕ ਉਦੇਸ਼ ਕੀ ਦੇਣਾ ਚਾਹੁੰਦੇ ਹੋ, ਅਪੀਲ ਕੀ ਕਰਨਾ ਚਾਹੁੰਦੇ? ਦੇਖੋ, ਹਰ ਰਿਸ਼ਤੇ ਦਾ ਸਨਮਾਨ ਹੋਣਾ ਚਾਹੀਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਇੱਕ ਲੜਕਾ ਹੈ ਜਿਹੜਾ ਲੜਕੀ 'ਚ ਆਪਣੀ ਮਦਰ ਦੀ ਛਾਇਆ ਢੂੰਡਦਾ ਹੈ, ਜੋ ਕਿ ਪੋਸੀਬਲ ਨਹੀਂ ਹੈ। ਅਲੱਗ ਅਲੱਗ ਪਰਸਨੈਲਿਟੀਜ਼ ਹੁੰਦੀਆਂ ਨੇ, ਅਲੱਗ ਅਲੱਗ ਪਰਿਵਾਰਾਂ ਤੋਂ ਆਈਆਂ ਹੋਈਆਂ ਨੇ, ਅਤੇ ਆਪਣੇ ਵਿਆਹ 'ਤੇ ਵਿਆਹ ਨਾ ਕਰਾਓ, ਵਿਆਹ ਕਰੋ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝੋ। ਲੜਕੀ ਕੋਈ ਭੈਂਸ ਜਾਂ ਬੱਕਰੀ ਨਹੀਂ ਹੈ, ਜਾਂ ਕੋਈ ਮੇਡ ਨਹੀਂ ਹੈ, ਜਾਂ ਜੇ ਇੱਕ ਦੂਜੇ 'ਚ ਨੁਕਸ ਹੈ, ਤੁਹਾਨੂੰ ਇੱਕ ਦੂਜੇ ਦਾ ਕੋਈ ਟ੍ਰੀਟਮੈਂਟ ਕਰਨ, ਤੁਹਾਨੂੰ ਠੀਕ ਕਰਨ ਨਹੀਂ ਆਇਆ। ਰਿਸ਼ਤਿਆਂ ਦਾ ਸਨਮਾਨ ਕਰਨ, ਸ਼ਾਦੀ ਦਾ ਮਤਲਬ ਸਮਝਣ। ਅੱਜ ਕੱਲ੍ਹ ਦੇ ਪੇਰੈਂਟਸ ਨੂੰ ਵੀ ਇੱਕ ਚੀਜ਼ ਨੂੰ ਸਮਝਣਾ ਪਏਗਾ, ਅਗਰ ਆਪਣੇ ਬੱਚਿਆਂ ਦਾ ਵਿਆਹ ਕਰ ਰਹੇ ਹੋ ਤੇ ਬੱਚਿਆਂ ਨੂੰ ਵਿਆਹ ਦਾ ਮਤਲਬ ਸਮਝਣ ਦਿਓ। ਆਪਣਾ ਵੀ ਹਰ ਔਰਤ ਦੇ ਪਿੱਛੇ, ਹਰ ਆਦਮੀ ਦੇ ਪਿੱਛੇ ਇੱਕ ਸਟਰਗਲ ਰਹਿੰਦਾ ਹੈ, ਪਰ ਦੁਨੀਆ ਸਕਸੈਸ ਨੂੰ ਸਲਿਊਟ ਕਰਦੀ ਹੈ। ਸਟਰਗਲ ਕੋਈ ਨਹੀਂ ਦੇਖਦਾ, ਚਾਹੇ ਪ੍ਰੋਫੈਸ਼ਨਲ ਲਾਈਫ ਹੋਏ ਚਾਹੇ ਪਰਸਨਲ ਲਾਈਫ, ਬੈਲੈਂਸ ਕਰਨਾ ਆਉਣਾ ਚਾਹੀਦਾ। ਦੇਖੋ, ਮੇਰੇ ਕੋਲ ਹੁਣ ਨਹੀਂ ਆਈ ਸੀ ਪਿੱਛੇ, ਅੱਜ DSP ਨੂੰ ਚਲਾਨ ਪੇਸ਼ ਕਰਨ ਵਾਸਤੇ ਤੇ ਅਰੈਸਟ ਕਰਨ ਵਾਸਤੇ ਜਲਦੀ ਆਰਡਰ ਕਰ ਦਿੱਤੇ ਗਏ ਨੇ। ਇਹੋ ਜਿਹੇ ਕੇਸਿਸ ਦੇ ਪੁਲਿਸ ਦਾ ਰਵੱਈਆ ਕੀ ਹੈ? ਉਸ ਦੀ ਮਦਰ ਨੂੰ ਗਲਤ ਵਰਡ ਕਹੇ ਜਾ ਰਹੇ ਨੇ। ਹਾਂ, ਮੈਨੂੰ ਉਹਨੇ ਦੱਸਿਆ ਕਿ ਉਹਨੇ ਇੱਕ ਆਫੀਸਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਮਾਂ ਨੂੰ ਅਬਿਊਜ ਕੀਤਾ। ਕਾਰਵਾਈ ਹੋਏਗੀ, ਪੱਕਾ ਹੋਏਗੀ। ਤਲਬ ਕਰ ਲਿੱਤਾ ਗਿਆ ਆਫੀਸਰ ਨੂੰ, ਜਿਹਦੇ 'ਤੇ ਲੜਕੀ ਨੇ ਐਲੀਗੇਸ਼ਨ, ਪਰ ਇਹਦੇ ਨਾਲ ਨਾਲ ਇਨਵੈਸਟੀਗੇਸ਼ਨ ਵੀ ਹੋਏਗੀ। ਸਾਨੂੰ ਉਹ ਕੁਝ ਪ੍ਰੂਫ ਕਹਿੰਦੀ ਸੀ, ਮੈਂ ਪ੍ਰੋਵਾਈਡ ਕਰਵਾਵਾਂਗੀ, ਪਰ ਕਾਰਵਾਈ ਹੋਏਗੀ। ਲੋਕ ਇਨਸਟੈਂਟ ਰਿਲੀਫ ਚਾਹੁੰਦੇ ਆ, ਪਰ ਲਾਅ ਪ੍ਰਕਿਰਿਆ ਇੰਨੀ ਲੰਬੀ ਹੈ ਕਿ ਬਿਲਕੁਲ, ਇਹ ਤੁਹਾਡੀ ਗੱਲ ਬਹੁਤ ਵਧੀਆ ਹੈ। ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਨਾ, ਦੇਖੋ ਉਹਦੇ 'ਚ ਆਪਾਂ ਸਰਕਾਰ ਨੂੰ ਇੱਕ ਅਪੀਲ ਕਰਨ ਜਾ ਰਹੇ ਹਾਂ, ਆਪਾਂ ਆਪਣੇ ਮਾਨਯ ਚੀਫ ਜਸਟਿਸ ਜੀ ਨੂੰ ਵੀ ਇੱਕ ਅਪੀਲ ਕਰਾਂਗੇ। ਫਾਸਟ ਟਰੈਕ ਕੋਰਟ ਬਣਨੀਆਂ ਚਾਹੀਦੀਆਂ ਨੇ, ਜਿਹੜੇ ਕੋਰਟਾਂ 'ਚ ਕੇਸ ਚੱਲ ਰਹੇ ਨੇ, ਅਗਰ ਫਾਸਟ ਟਰੈਕ ਕੋਰਟ ਬਣ ਜਾਣਗੀਆਂ ਇੱਦਾਂ ਦੇ ਡਿਸਪਿਊਟ ਵਾਲੇ ਮੈਟਰਸ ਨੂੰ ਲੈ ਕੇ, ਤੇ ਉਹਦੇ ਨਾਲ ਬੱਚੇ ਮੂਵ ਔਨ ਕਰ ਸਕਣਗੇ। ਫੈਮਲੀਆਂ ਨੂੰ ਲੋਕੀ 10 ਸਾਲ 12 ਸਾਲ, ਔਰ ਆਪਾਂ ਇਸ ਦਰਦ ਨੂੰ ਮਹਿਸੂਸ ਕਰਦੇ ਹਾਂ, ਔਰ ਬੜੇ ਅੱਛੇ ਅੱਛੇ ਐਡਵੋਕੇਟ ਵੀ ਇਸ ਚੀਜ਼ ਨੂੰ ਸਮਝਦੇ ਨੇ, ਪਰ ਹਰ ਕੋਈ ਆਪਣੇ ਆਪ ਨੂੰ ਮਜਬੂਰ ਸਮਝਦਾ। ਤੇ ਆਪਾਂ ਆਪਣੇ ਮਾਨਯ ਕੋਰਟ ਨੂੰ ਇੱਕ ਅਪੀਲ ਕਰਾਂਗੇ ਕਿ ਇਹ ਫਾਸਟ ਟਰੈਕ ਕੋਰਟਸ ਬਣਨਾ, ਵੈਸੇ ਹੋਣਾ ਹੈ ਭਾਰਤ ਸਰਕਾਰ ਤੋਂ ਹੀ ਇੱਕ ਆਰਡਰ ਜਿਹੜਾ ਨਿਕਲਣਾ, ਪਰ ਆਪਾਂ ਸਟੇਟ ਦੇ ਵੀ ਆਪਣੇ ਜਿਹੜੇ ਮੁਖੀ ਨੇ ਉਹਨਾਂ ਨੂੰ ਵੀ ਇੱਕ ਅਪੀਲ ਕਰਾਂਗੇ, ਕਿਉਂਕਿ ਇੱਕ ਬੜਾ ਵੱਡਾ ਪੇਨ ਹੈ, ਬੱਚੇ ਮੂਵ ਔਨ ਨਹੀਂ ਕਰ ਪਾਉਂਦੇ। ਤੇ ਸਾਡੀ ਇਹੀਓ ਕੋਸ਼ਿਸ਼ ਹੈ, ਪਰ ਆਪਾਂ ਆਪਣੀ ਕਮਿਸ਼ਨ ਦੀ ਗੱਲ ਕਰੀਏ ਕਿ ਸਾਡੀ ਕਮਿਸ਼ਨ ਨੇ ਚਾਹੀਓ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਤੱਕ ਹੋ ਸਕੇ ਜਲਦ ਤੋਂ ਜਲਦ ਲੋਕਾਂ ਨੂੰ ਰਿਲੀਫ ਮਿਲੇ। ਪਰ ਬਾਰ ਬਾਰ ਇੱਕੋ ਹੀ ਗੱਲ ਕਹਾਂਗੇ ਕਿ ਥੋੜ੍ਹਾ ਜਿਹਾ ਸਬਰ ਰੱਖੋ, ਥੋੜ੍ਹੀ ਜਿਹੀ ਪੇਸ਼ੈਂਸ ਰੱਖੋ, ਜਸਟਿਸ ਜ਼ਰੂਰ ਮਿਲੇਗਾ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਬਨ ਜਾਂ ਦੁਟੋਨਾ, ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।